ਅਮਰੀਕਾ ਦੇ ਇੱਕ ਹੋਰ ਵੱਡੇ ਅਤੇ ਨਾਮੀ ਸ਼ਹਿਰ ਵਿੱਚ ਜਨਤਕ ਥਾਂ ਉੱਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਵਾਰ ਬੀਤੇ ਦਿਨ ਅਮਰੀਕਾ ਦੇ ਹਿਊਸਟਨ ਇਲਾਕੇ ਦੇ ਇੱਕ ਨਾਈਟ ਕਲੱਬ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਅਤੇ ਗੋਲੀ ਚੱਲਣ ਤੋਂ ਬਾਅਦ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਅਤੇ 1 ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਹਿਊਸਟਨ ਦੇ ਪੁਲਿਸ ਅਧਿਕਾਰੀ ਅਤੇ ਮੁਖੀ ਟ੍ਰੋਏ ਫਿਨਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 6 ਲੋਕ ਘਟਨਾਕ੍ਰਮ ਵਿੱਚ ਜ਼ਖਮੀ ਹੋਏ ਨੇ ਅਤੇ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨਾਈਟ ਕਲੱਬ ਦੇ ਅੰਦਰ ਕੁਝ ਗਰਮਾ ਗਰਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਪਾਰਕਿੰਗ ਵਾਲੇ ਇਲਾਕੇ ਤੱਕ ਆਉਂਦੀ ਆਉਂਦੀ ਗੋਲੀਆਂ ਚੱਲਣ ਅਤੇ ਗੰਭੀਰ ਹਿੰਸਾ ਦਾ ਰੂਪ ਧਾਰਨ ਕਰ ਗਈ। ਇਸ ਘਟਨਾਕ੍ਰਮ ਵਿੱਚ ਜ਼ਖਮੀ ਹੋਏ ਲੋਕਾਂ ਦੀ ਉਮਰ 20 ਸਾਲ ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਹਿਊਸਟਨ ਟੈਕਸਸ ਦੇ ਸਥਾਨਕ ਮੀਡੀਆ ਮੁਤਾਬਕ ਇਸ ਪੂਰੇ ਵੀਕਐਂਡ ਯਾਨੀ ਕਿ ਸ਼ਨਿਚਰਵਾਰ ਅਤੇ ਐਤਵਾਰ ਦੇਰ ਸ਼ਾਮ ਤੱਕ ਦੇ ਸਮੇਂ ਦੌਰਾਨ ਹਿਊਸਟਨ ਇਲਾਕੇ ਵਿੱਚ ਇਹੋ ਜਿਹੀਆਂ ਕਈ ਹੋਰ ਘਟਨਾਵਾਂ ਵੀ ਵਾਪਰੀਆਂ ਨੇ।